ਦਾ ਵੀ ਅਸੀਂ ਲੋਕ ਕਿਵੇਂ ਜਾ ਸਕਦੇ ਹਾਂ। ਮੈਂ ਕਿਹਾ ਜੇ ਤੁਸੀਂ ਨਹੀਂ ਜਾ ਸਕਦੇ ਤਾਂ ਅਸੀਂ ਇੱਧਰ ਰੋਟੀ ਕੁੜੀ ਨਹੀਂ ਦੇ ਸਕਦੇ। ਮੈਂ ਜਿਗਮਿਆਂ ਦਿੱਤੀ, ਉਹ ਭੱਜ ਕੇ ਗਾਂ ਵਿੱਚ ਵੜ ਗਿਆ। ਇਹ ਦਲ ਬਦਲੂ ਲੋਕ, ਆਹ ਇੱਕ ਨਵਾਂ ਹੋ ਰਿਹਾ ਚੱਲ ਸਿੱਧੂ। ਦੇਖੋ ਆਪਣੇ ਦੇਖੋ ਸਭ ਤੋਂ ਮਾਂ ਬਾਪ ਜਿਹੜਾ ਆਪਣੇ ਮਾਂ ਬਾਪ ਦੀ ਪਿੱਠੀ ਛੁਰਾ ਮਾਰਿਆ ਸਿੱਧੂ ਨੂੰ, ਇਹ ਮਖੌਲੀਆ ਜਿਹਾ ਸੀ ਤੇ ਜੈਟਲੀ ਸਾਹਿਬ ਤੇ ਮਿਹਰਬਾਨ ਹੋ ਗਏ। ਉਹਨੂੰ ਅਸੈਂਬਲੀ ਦਾ ਇਲੈਕਸ਼ਨ ਲੜਾ ਲਿਆ, ਪਾਰਲੀਮੈਂਟ ਦਾ ਲੜਾ ਲਿਆ ਤੇ ਉਹ ਆਉਂਦਾ ਸੀ ਜੈਟਲੀ ਮੇਰਾ ਸਿਆਸੀ ਪਿਤਾ ਹੈ, ਕਾਨਫਰੰਸ ਉੱਪਰ ਨਹੀਂ ਕਹਿੰਦਾ ਸੀ ਤੇ ਜੇ ਸਿਆਸੀ ਪਿਤਾ ਤਾਂ ਜੈਟਲੀ ਸੀ ਤੇ ਉਹ ਇਲੈਕਸ਼ਨ ਲੜੇ, ਉਹਨਾਂ ਦੀ ਪਿੱਠ ਚੁਰਾ ਮਾਰਿਆ, ਉਹਨਾਂ ਦੀ ਮੁਖਾਲਫ ਕੀਤੀ ਡਟ ਕੇ। ਫਿਰ ਦੇਖੋ ਪਾਰਟੀ ਮਾਂ ਹੁੰਦੀ ਹੈ, ਮਾਂ ਕਦੇ ਪਾਰਟੀ ਨਹੀਂ ਛੱਡਣੀ ਚਾਹੀਦੀ। ਮੈਂ 5 ਵਾਰੀ ਮੁੱਖ ਮੰਤਰੀ ਬਣਿਆ, ਇਸੇ ਕਰਕੇ ਬਣਿਆ ਕਿ ਕਸੂਲ ਤੇ ਖੜਾ, ਬੜੀਆਂ ਮੁਸੀਬਤਾਂ ਆਈਆਂ ਫਿਰ ਵੀ ਖੜੇ ਰਹੇ, ਬੜੇ ਅੰਦੋਲਨ ਕਰਨੇ ਪਏ। ਇਹ ਜਿਹੜੇ ਲੋਕ ਹੈ ਇਹ ਤਾਂ ਫੱਟ ਪੈ ਜਾਂਦੇ, ਇਹ ਭਗੌੜੇ ਜਿਹੜੇ ਹੈ ਇਹ ਨਾ ਤੁਹਾਡੇ ਆ ਦੋ ਚਾਨੇ ਤੁੰਦ ਵੀ ਸੀ, ਇਹ ਪਤਾ ਨਹੀਂ ਫਲਾਉਣ ਨੂੰ ਕੀ ਹੋਇਆ। ਸਰਵਣ ਸਿੰਘ ਫਲਾਉ ਕੈਰ ਹੀ ਮਿਨਿਸਟਰ ਬਣਾਇਆ, ਵੀ ਐਮ ਐਲ ਏ ਕਲੀਅਰ ਬਣਿਆ ਨਾ ਹੀ ਸਰਵਣ ਸਿੰਘ ਫਲਾਉ, ਤੇ ਟਿਕਟ ਮਿਲੀ ਨਹੀਂ ਕਿਸੇ ਕਾਰਨ, ਕੀ ਹੋਇਆ। ਗੁਰੂ ਸਾਹਿਬਾਨ ਨੇ ਸੀਸ ਮੰਗੇ ਤੇ ਲੋਕਾਂ ਸੀਸ ਦਿੱਤੇ। ਇਹ ਪਾਰਟੀ ਜਿਹੜੀ ਹੈ ਜੇ ਕਿਤੇ ਕੁਰਬਾਨੀ ਮੰਗ ਵੀ ਲੈਂਦੀ ਹੈ ਤੇ ਕੀ ਗੱਲ। ਅੱਛਾ ਫਤਿਹ ਸਿੰਘ ਕਹਿੰਦੇ ਸਨ ਜੇ ਤਾਂ ਮੈਂ ਕਿਸੇ ਨੂੰ ਟਿਕਟ ਦੇ ਦਿੰਦਾ ਉਹ ਆਦਾ ਸੰਤ ਰੱਬ ਹੈ, ਤੇ ਜੇ ਨਹੀਂ ਦਿੰਦਾ ਤਾਂ ਸੰਤ ਠੱਗ ਹੈ। ਅਕਾਲੀ ਦਲ ਨੂੰ ਗਾਲਾਂ ਕੱਢੀ ਜਾਂਦੇ ਆ, ਉਦੋਂ ਮਗਰੋਂ ਆਇਆ ਕੀ ਉਹਨਾਂ ਦਾ ਕੁਰਬਾਨੀ ਹੈ ਵੀ ਭਾਈ ਪਾਰਟੀ ਜਿਵੇਂ ਫੈਸਲਾ ਕਰਦੀ ਹੈ ਉਵੇਂ ਮੰਨਣ ਚਾਹੀਦਾ, ਲੇਕਿਨ ਜੇ ਤਾਂ ਟਿਕਟ ਦੇ ਦਿਓ ਤਾਂ ਠੀਕ ਹੈ, ਨਹੀਂ ਤਾਂ ਖਿਲਾਫ ਕਰੋ। ਅੱਜ ਲੋਕ ਕਾਂਗਰਸ ਦਾ ਝੜੇ ਫਿਰਦੇ, ਮੈਨੂੰ ਇਹ ਵੀ ਚੰਗਾ ਹੋਇਆ ਫਲਾਉਣ ਤੋਂ ਮੁੜਿਆ ਉੱਥੇ ਦਿੱਲੀ ਉਹ ਟਿਕਟ ਟਿਕਟ ਕਰਦਾ, ਟਿਕਟ ਨਹੀਂ ਮਿਲੀ ਚਲੋ ਚੰਗਾ। ਇਸ ਕਰਕੇ ਭਰਾਓ ਮੇਰੀ ਤੁਹਾਡੇ ਕੋਲ ਬੇਨਤੀ ਹੈ ਕਿ ਤੁਸੀਂ ਸਾਰੇ ਸਮਝਦਾਰ, ਅੱਜ ਪੰਜਾਬ ਦਾ ਬਚਾਓ ਇਸੇ 'ਚ ਹੈ ਕਿ ਇਹ ਜਿਹੜੇ ਬਾਹਰੋਂ ਦਿੱਲੀਓਂ ਆਏ ਹੈ ਜਾਂ ਰਾਹੁਲ ਗਾਂਧੀ ਵਾਲੇ, ਉਹ ਵੀ ਦਿੱਲੀਓਂ ਕਾਂਗਰਸ ਨੇ, ਆਪਣਾ ਆਪਣਾ ਤਾਂ ਇਹਨਾਂ ਦਾ ਕਹਿਣਾ ਪਿੰਡੀ ਨੂੰ ਤੋਂ ਜਿਵੇਂ ਕਰਨਾ, ਇਹ ਤਾਰ ਹੀ ਨਹੀਂ ਹੋ ਜਾਊਗੀ। ਇੱਕੋ ਇੱਕ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹਦਾ ਤੁਹਾਡੇ ਕੋਲ ਬਾਤ ਕੋਲ ਹੈ, ਤੁਸੀਂ ਜੋ ਆਦੇ ਉਹ ਕਰਦੇ ਹਾਂ। ਦੂਜੇ ਪੰਜਾਬ ਦਾ ਹਿੱਤ ਨਹੀਂ ਵੇਲੇ ਨਾ ਕਦੇ ਵੇਖਿਆ ਤੇ ਨਾ ਵੇਖਣਾ। ਇਸ ਕਰਕੇ ਸਾਨੂੰ ਖੁਸ਼ਕਿਸਮਤੀ ਨਾਲ ਇੰਨਾ ਵਧੀਆ ਕੈਂਡੀਡੇਟ ਖਹਿਰਾ ਸਾਹਿਬ ਮਿਲ ਗਿਆ।